ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਭਾਈ ਦਿਆਲ ਸਿੰਘ ਲਾਹੌਰੀਆ ਦੇ ਪਰਿਵਾਰ ਨੂੰ ਬੇਟੇ ਸੁਰਿੰਦਰ ਸਿੰਘ ਦੇ ਆਨੰਦ ਕਾਰਜ ਦੀਆਂ ਆਵਾਜ਼ੇ ਕਮ ਟੀਵੀ ਵੱਲੋਂ ਬਹੁਤ ਬਹੁਤ ਮੁਬਾਰਕਾਂ। ਭਾਈ ਲਾਹੌਰੀਆ ਨੂੰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਹਨਾਂ ਦੇ ਨਾਲ ਕੈਪਟਨ ਹਰਚੰਦ ਸਿੰਘ ਜੀ ਰੋਡੇ, ਗੁਰਜੀਤ ਸਿੰਘ ਬਠਿੰਡਾ ਅਤੇ ਹੋਰ ਪਤਵੰਤੇ ਮੌਜੂਦ ਸਨ। ਭਾਈ ਲਾਹੌਰੀਆ ਦੀ ਸਿੱਖ ਪੰਥ ਦੇ ਲਈ ਕੁਰਬਾਨੀ ਬਹੁਤ ਵੱਡੀ ਹੈ, ਇਸ ਕਰਕੇ ਸਿੱਖ ਪੰਥ ਵਿੱਚ ਇਹਨਾਂ ਦਾ ਕਾਫ਼ੀ ਸਤਿਕਾਰ ਹੈ ਅਤੇ ਇਹਨਾਂ ਦਿਨਾਂ ਵਿੱਚ ਉਹ ਤਿਹਾੜ ਜੇਲ੍ਹ ਵਿੱਚ ਬੰਦ ਨੇ, ਜਿੱਥੋਂ ਉਹਨਾਂ ਨੂੰ ਪੁੱਤਰ ਦੇ ਵਿਆਹ ਦੇ ਲਈ 20 ਦਿਨਾਂ ਦੀ ਪੈਰੋਲ ਮਿਲੀ ਸੀ।